मर्यादा पुरशोत्तम प्रभु श्री राम जी दियां लीलां ते आधारित रामलीला दा मंचन शहर भर विच कीता जा रहा, पर गल कर लिए पल्ला छे सौ यूनिट बिजली फ्री करन दा फैसला लिया सी, 90% घरां नूं उहदा फायदा होया। हुण पंजाब वासियां नूं हर महीने बिजली दे बिल दी चिंता नहीं हुंदी। मुख्यमंत्री भगवंत सिंह मान दे 600 यूनिट बिजली मुफ्त दे ऐलान नाल लखां परिवारां नूं फायदा हो रिहा। मुफ्त बिजली गारंटी तहत 90% तों वध घरां दा बिजली दा बिल जीरो आ रिहा है ते लोक इस बचत नाल अपने दूसरे काम भी निपटा रहे ने। नमस्कार जी, सबसे पहले मैं सीएम साहब जी का धन्यवाद करना चाहता हूँ जिन्होंने ये इस महंगाई के दौर में 600 यूनिट फ्री वाली बिजली की जो स्कीम चलाई है, इसे हमें बहुत राहत मिली है। इस चीज़ के लिए मैं दोबारा फिर से धन्यवाद करना चाहता हूँ सीएम साहब का। सत श्री अकाल, मैं हाँ रमनदीप जीरकपुर तो। मैं सीएम भगवंत मान जी का दिलों धन्यवाद करना चाहती हाँ जिन्होंने 600 यूनिट माफ़ की और जिदे नाल साडा खर्चे घट हुए और पैसे भी बचने शुरू हो। बिजली दे खेतर च मुख्यमंत्री भगवंत सिंह मान वालों पंजाब दे इतिहास च शुरू कीती इस नवी परंपरा दे नाल लोक बेहद खुश हन। ड्रामेटिक क्लब दी तां इस क्लब ने बहुत ज्यादा प्रसिद्धि हासिल कीती है। पिछले 48 साल तो लगातार निरंतर रामलीला दा मंचन किया जा रहा और मेरे नाल प्रधान सतीश बल्लू ने जिन्हें अगुवाई में पिछले लगातार 27 सालों तो रामलीला का सफलतापूर्वक मंचन किया जा रहा। गलबात कर रहे हैं प्रभु जी की कहना भाजी, बहुत लंबा समा हो गया, स्टार्टिंग करनी बड़ी सौखी होंगी पर उस निरंतर करना बहुत औखा होता। जय श्री राम। ये बहुत एक टीम वर्क हैगा वा जिहड़े जिहदे नाल साडे सारी टीम का एक वर्क हैगा वा जिहदे नाल सानूं सफलता मिल रही है। ਸਾਡੇ ਬਹੁਤ ਸਾਰੇ ਜਿਹੜੇ ਪਰਦੇ ਦੇ ਪਿੱਛੇ ਜਿਹੜੇ ਲੋਕ ਸਾਡੇ ਦਾ ਜੁੜੇ ਹੋਏ ਆ, ਸੇਵਾ ਕਰਦੇ ਆ। ਫਾਰ ਐਗਜ਼ਾਮਪਲ ਜਿਸ ਤਰ੍ਹਾਂ ਮੇਕਅਪ ਮੈਨ, ਪੰਜ ਮੁੰਡਿਆਂ ਦੀ ਸਾਡੀ ਉਹ ਟੀਮ ਆ। ਸਟੇਜ ਦੀ ਜਿਹੜੀ ਆ ਸਾਜ ਸੱਜਾ ਦੀ, ਉਹ ਵੀ 4-5 ਮੁੰਡਿਆਂ ਦੀ ਟੀਮ ਆ। ਜਿਹੜੀ ਆ ਸਟੇਜ ਦੀ ਚੇਅਰ ਵਗੈਰਾ ਲਾਉਂਦੇ ਆ ਆਡੀਅੰਸ ਦੇ ਬੈਠਣ ਵਾਸਤੇ, ਉਹ ਵੀ ਸਾਡੇ 3 ਲੜਕਿਆਂ ਦੀ ਟੀਮ ਆ ਜਿਹਦਾ ਦੀਪਕ ਦਵੇਸਰ ਸਾਡਾ ਇੰਚਾਰਜ ਆ। ਮੇਕਅਪ ਮੈਨ ਦੀ ਡਿਊਟੀ ਲੱਗ ਗਿਆ। ਜਿਹੜੀ ਆਪਾਂ ਸਟੇਜ ਦੀ ਸਾਜ ਸੱਜਾ ਕਰਦੇ ਹਾਂ ਉਸ ਵਿੱਚ ਸਾਡੀ ਇੱਕ ਵੱਖਰੀ ਟੀਮ ਆ। ਜਿਹੜੇ ਸਾਡੇ ਗੈਸਟ ਅਟੈਂਡ ਕਰਦੇ ਆ ਉਹ ਟੀਮ ਵੱਖਰੀ ਆ। ਇਸ ਕਰਕੇ ਸਾਡੀਆਂ 6 ਤਰ੍ਹਾਂ ਦੀਆਂ ਟੀਮਾਂ ਜਿਹੜੀ ਆ, ਇੱਕ ਪ੍ਰੈਸ ਨੂੰ ਹੈਂਡਲ ਕਰਦੀ ਹੈ, ਇੱਕ ਆਏ ਹੋਏ ਮਹਿਮਾਨਾਂ ਨੂੰ ਹੈਂਡਲ ਕਰਦੀ ਆ, ਉਹ ਸਾਰੇ ਜਿਹੜੇ ਮਿਲ ਕੇ ਅਸੀਂ ਇਹ ਆਪਾਂ ਵਰਕ ਕਰਦੇ, ਇੱਕ ਟੀਮ ਵਰਕ ਕਰਦੇ ਆ ਜਿਹਦੇ ਨਾਲ ਸਾਨੂੰ ਸਫਲਤਾ ਮਿਲਦੀ ਹੈ। ਇੰਨੀ ਵੱਡੀ ਚਰਚਾ ਕਿਉਂ, ਕੀ ਕਾਰਨ, ਕੀ ਪਿੱਛੇ ਮਕਸਦ, ਕੀ ਲੈ ਕੇ ਚੱਲੇ ਸੀ? ਮਕਸਦ ਆਪਾਂ ਜਿਉਂ ਸਾਡੇ ਦੇਸ਼ ਦੇ ਯੂਆ ਖਾਸ ਕਰਕੇ ਪੰਜਾਬ ਦੇ ਜਿਹੜੇ ਆ ਭਟਕੇ ਪਏ ਆ ਨਸ਼ਿਆਂ ਦੀ ਦਲਦਲ ਵਿੱਚ ਆ, ਜਿੱਥੇ ਗੁੰਡਾਗਰਦੀ ਚਰਮ ਸੀਮਾ 'ਤੇ ਆ, ਨਸ਼ੇ ਚਰਮ ਸੀਮਾ 'ਤੇ ਆ। ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਨਾਲ ਲੋਕ, ਆਪਾਂ ਸਾਰਾ ਸਮਾਜ ਤਾਂ ਨਹੀਂ ਠੀਕ ਕਰ ਸਕਦੇ ਪਰ ਜਿਹੜੇ ਲੋਕ ਇਸ ਮੰਚ ਨਾਲ ਜੁੜਨ ਉਹ ਠੀਕ ਹੋ ਜਾਣ, ਉਹ ਬੱਚੇ ਆਪਣੇ ਮਾਂ ਬਾਪ ਦੇ ਆਗਿਆਕਾਰੀ ਬੱਚੇ ਬਣਨ ਔਰ ਇਸ ਮੰਚ ਦੇ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਕਰਨ। ਰਿਹਾਸਲਾਂ ਕਿੰਨੀ ਦੇਰ ਪਹਿਲਾਂ ਸ਼ੁਰੂ ਹੋ ਜਾਂਦੀਆਂ ਜੀ? ਰਿਹਾਸਲਾਂ ਰਾਮਲੀਲਾ ਸਟਾਰਟ ਹੋਣ ਤੋਂ 1 ਮਹੀਨਾ ਪਹਿਲਾਂ ਅਸੀਂ ਰਿਹਾਸਲ ਸਟਾਰਟ ਕਰਦੇ ਹਾਂ। ਕਈ ਵਾਰੀ ਹੁਣ ਆਉਂਦੇ ਸਾਲ ਨੂੰ ਅਸੀਂ 2 ਨਾਈਟਾਂ ਵਧਾ ਰਹੇ ਹਾਂ, ਉਹ 2 ਨਾਈਟਾਂ ਵਧਾਉਣ ਕਰਕੇ ਅਸੀਂ ਹੋਰ 10 ਦਿਨ ਪਹਿਲਾਂ, ਮਤਲਬ ਲਗਭਗ 1.5 ਮਹੀਨਾ ਪਹਿਲਾਂ ਰੈਸਲਾਂ ਸਟਾਰਟ ਕਰਾਂਗੇ, ਜੋ ਨਿਰੰਤਰ ਹਰ ਡੇ 9 ਤੋਂ 11 ਡੇਲੀ 2 ਘੰਟੇ ਰੈਸਲ ਹੁੰਦੀ ਆ। ਸਮਾਪਤੀ ਕਦੋਂ ਹੋਣੀ ਹੈ ਜੀ ਰਾਮਲੀਲਾ ਮੰਚ? ਰਾਮਲੀਲਾ ਦੀ ਸਮਾਪਤੀ ਦੁਸਹਿਰੇ ਵਾਲੇ ਦਿਨ ਅਸੀਂ ਰਾਜ ਤਿਲਕ ਦੇ ਕੇ ਇਹਦੀ ਸਮਾਪਤੀ ਕਰਦੇ ਹਾਂ। ਲੰਗਰ ਭੰਡਾਰਾ ਲੱਗਦਾ ਇਸੇ ਪਾਰਕ ਵਿੱਚ, ਉਹ ਲੋਕ ਉਸ ਦਿਨ ਵੀ ਬੜੀ ਸ਼ਰਧਾ ਦੇ ਨਾਲ ਆਉਂਦੇ ਆ ਅਤੇ ਲਾਸਟ ਦਿਨ ਦਾ ਵੀ ਬਹੁਤ ਇੱਕ ਪਰਿਵਾਰਿਕ ਮਾਹੌਲ ਵਿੱਚ ਆਨੰਦ ਮਾਣਦੇ ਆ। ਲੋਕ ਬਹੁਤ ਬਹੁਤ ਦੂਰੋਂ ਆਉਂਦੇ ਨੇ, ਉਸ ਦਾ ਕੀ ਕਾਰਨ ਮੰਨਦੇ ਹੋ ਵੀ ਇੱਥੇ ਰਾਮਲੀਲਾ ਵੇਖਣ ਜਾਣੀ ਅਤੇ ਇੱਥੇ ਭੱਲਾ ਕਲੋਨੀ ਪਹੁੰਚਦੇ ਨੇ ਲੋਕ? ਇਹ ਤੁਹਾਡੇ ਮਾਧਿਅਮ ਤੋਂ ਅਤੇ ਜਾਂ ਲੋਕਾਂ ਕੋਲ ਸਾਨੂੰ ਪਤਾ ਲੱਗਦਾ ਸਾਡੀ ਰਾਮਲੀਲਾ ਬਹੁਤ ਵਧੀਆ ਹੋ ਰਹੀ ਆ। ਸੋ ਭਗਵਾਨ ਦੀ ਬਹੁਤ ਕਿਰਪਾ ਵਾ, ਅਸੀਂ ਇਸੇ ਤਰ੍ਹਾਂ ਨਾਲ ਸਾਡਾ ਜਿਹੜਾ ਟੀਮ ਆ ਇੱਕ ਪਰਿਵਾਰ ਆ, ਭਗਵਾਨ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਇਸੇ ਤਰ੍ਹਾਂ ਨਾਲ ਇਹ ਜੁੜੇ ਰਹਿਣ, ਕਿਉਂਕਿ ਇਹ ਸਾਰੇ ਪੁਰਾਣੇ ਕਲਾਕਾਰ ਆ ਔਰ ਵੈੱਲ ਐਜੂਕੇਟਡ ਆ ਸਾਰੇ। ਕੋਈ IT ਇੰਜੀਨੀਅਰ ਆ, ਕੋਈ ਟੀਚਰ ਆ, ਕੋਈ ਐਡਵੋਕੇਟ ਆ, ਕੋਈ ਡਾਕਟਰ ਆ, ਕੋਈ ਅੱਛਾ ਬਿਜ਼ਨਸਮੈਨ ਆ। ਸਾਡੇ ਨਾਲ ਕੋਈ ਐਸਾ ਇਨਸਾਨ ਨਹੀਂ ਹੈਗਾ। ਔਰ ਸਭ ਤੋਂ ਵੱਡੀ ਗੱਲ ਆ, ਜਿੰਨੇ ਵੀ ਸਾਡੇ ਲੜਕੇ ਆ ਸਾਰੇ ਮਰਿਆਦਾ ਵਿੱਚ ਰਹਿ ਕੇ ਵਰਤ ਰੱਖਦੇ ਆ, ਨੰਗੇ ਪੈਰੀ ਉਹ ਦਿਨ
उन्ने दिन जिहड़े नवरात्र जिस दिन स्टेज लगती है उस दिन तो ही नंगे पैरी रहिंदे हन। मर्यादा दी तुसीं गल कीती है पर हुण देखण विच आ रहा नौजवान पीढ़ी विच मर्यादा जिहड़े कि समाजिक सरोकार जिहड़े कि ओह घटदे जा रहे ने, की कहना है? मैं जी मैं तुहानूं फिर रिपीट करदा कि मैं सारे समाज की जिम्मेवारी कोई बंदा नहीं लै सकदा। असी तो जिहड़े साडे नाल परिवार जुड़े आ, साडे नाल कलाकार जुड़े आ, असी तो उन्होंने क्योंकि साडी एक मंथली मीटिंग भी हुंदी आ, उस विच भी जिहड़े आ अध्यात्मिक तौर पर गल्लां करदे आ और रामलीला नूं लैके और समाजिक और धार्मिक जिहड़ी आ ना आपां जिहड़ा साडा मोटिव हुंदा वा कि बच्चियां नूं एक चंगी शिक्षा दईए। साडे प्रभु श्री राम जी आ, ये लक्ष्मण जी आ, ये पिछले 11 साल तो दोनों जोड़ी आ जिहड़ी रामलीला भगवान श्री राम जी का लक्ष्मण जी का, उस दे नाल नाल होर भी बहुत जिहड़े सीन करदे हन और मेन जिम्मेवारी इन्हां दी आ जिन्ने भी लड़के आ तैयारी करनी हुंदी आ, इन्हां दोनों ने तैयारी करवानी हुंदी आ। अज कि खास सीन फिल्माए गए और कल कि सीन खास होने? अज जिहड़ा वा हनुमान जी ने शोक वाटिका उजाड़ी आ, बाग उजाड़िया वा और लास्ट में लंका दहन का जिहड़ा सीन हैगा ही, लंका दहन करके अज दी नाइट दी जिहड़ी समाप्ति हुई है। कल कोई खास सीन फिल्माया? कल साडी तपस्या का सीन आ, साडी भगती का सीन आ, कल लक्ष्मण जी नूं मोर्चा पैणी आ। असीं इह समझदे आ कि कल दा दिन जिहड़ा सुख सुखां दा निकल गया ते असीं फिर अपने आप दी सफलता मानदे आ कि साडे कोई गलती नहीं होई, और कल दा दिन साडे वास्ते बहुत भारी आ, यही रात अंतिम, यही रात भारी, बस एक रात की है कहानी सारी, कल दी रात साडे वास्ते बहुत अहम है। इस करके साडे जिन्ने भी कलाकार आ कल सारे इकट्ठे हो के स्टेज की सफाई करदे हन, स्टेज ते गंगा जल का छिट्टा दे के और बहुत सुची स्टेज नूं करके और आप जिहड़े आउंदे आ ऑडियंस साडे श्रद्धालु आउंदे, असीं उन्हां नूं रिक्वेस्ट करदे हाँ कि किसी ने भी लसन प्याज खा के नहीं आना, किसी ने कोई चमड़े की बैल्ट वगैरह ला के नहीं, कोई मास मदरा का सेवन करके नहीं आना। तो प्रभु श्री राम का जिहड़ा कि करैक्टर पिछले 11 साल तो प्ले कर रहे हो, तुसीं की कहना थोड़ा? बस बड़े सौभाग्यवर हैगे साडों कि प्रभु श्री राम जी का किरदार 11 साल तो करन दा मौका मिल रहा है। प्रभु श्री राम जी की कृपा ही है कि 11 साल लगातार प्रभु श्री राम जी का किरदार करते पे हैं भल्ला कलोनी ड्रामाटिक क्लब में। किसान की फिर कमिस्ट्री रहती है क्योंकि बहुत सारे कलाकार एक स्टेज पर होंगे तो लाइव परफॉर्मेंस देनी होती है? बिल्कुल, बहुत कठिन काम है लाइव परफॉर्मेंस, इस गलती की कोई गुंजाइश नहीं होंगी, जो कुछ मूव बोलता पब्लिक, जो कुछ गलत बोलता पब्लिक ने उस वेले फड़ लेना कि यह गलत है। बड़ी ध्यान बड़ी प्रैक्टिस, सवा डेढ़ महीने की कंटिन्यू प्रैक्टिस, घर भी कई बार या बिजनेस भी कई बार कल बैठे हुई है तो डायलॉग याद करते रहे, दिमाग च घुमाते रहे कि उत्थे गलती ना हो जाए क्योंकि इन्नी पब्लिक सिर्फ सानू वेखण आती है, ये साडे कोई कर्म ही है, साडे माँ प्यो के कोई कर्म है जिन्हों का फल सानू मिलन दिया वा कि इन्नी पब्लिक दे विच सानू प्रभु श्री राम जी का किरदार करन दा मौका। राम जी नूं मर्यादा पुरशोत्तम किया गया है ना, नाल बहुत सारा उन्होंने सिक्ख्यावां भी दित्तियां हैं, पर अज जिहड़ा कि अनुसरण नहीं कर पा रही पीढ़ी, उन्होंने पीढ़ी नूं की कहना चाहोगे? बस असी तो यही कहने कि साड़ी जिहड़ी भल्ला कलोनी ड्रामाटिक क्लब आ, इहदे नाल जुड़ो आ के, ये सारे मुंडे जिहड़े आ बहुत ही चंगे परिवारां दे आ, कोई किसी नूं गलत कोई भी गलत कम्मां विच नहीं पाउंदा, तो बस ये प्रभु जिहड़ी साडी स्टेज आ बड़ी पवित्र आ, कोई गलत बंदा भी इहदे नाल आ के जुड़ेगा वह भी सुधरेगा, साडी गरंटी आ। ते साडी स्टेज ते कोई सेवा करी बहुत ही साडी जिहड़ी महापवित्र स्टेज आ, इहदे तों ही असीं इत्थों तक पहुँचे हाँ। बिल्कुल, ਤੁਸੀਂ ਲਕਸ਼ਮਣ ਭਈਆ ਦਾ ਕਰੈਕਟਰ ਕਿੰਨੇ ਸਾਲ ਹੋ ਗਏ ਨੇ ਬੰਦੇ? ਮੈਨੂੰ ਜੀ 11 ਸਾਲ ਹੋ ਗਏ ਨੇ ਲਕਸ਼ਮਣ ਜੀ ਦਾ ਕਰੈਕਟਰ ਕਰਦੇ ਹੋਏ ਆ। ਤੇ ਕੀ ਕਹਿਣਾ, ਕਿੰਨੀ ਕੁ ਔਖੀ ਚੀਜ਼ ਹੁੰਦੀ ਹੈ ਲਾਈਵ ਪਰਫਾਰਮੈਂਸ ਦੇਣੀ ਸਟੇਜ ਤੇ? ਜੀ ਗਲਤੀ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਜੋ ਲਫ਼ਜ਼ ਮੂੰਹ ਇੱਕ ਵਾਰ ਨਿਕਲ ਗਿਆ ਦੇ ਵਿੱਚ ਕੋਈ ਰੀਟੇਕ ਜਾਂ ਐਕਸ਼ਨ ਵਾਲਾ ਕੋਈ ਸੀਨ ਨਹੀਂ ਹੁੰਦਾ, ਸਾਰੀ ਆਡੀਅੰਸ ਸਾਨੂੰ ਦੇਖਦੀ ਹੁੰਦੀ ਹੈ ਸਭ ਕੁਝ, ਇਸ ਲਈ। ਬੜੀ ਛੋਟੀ ਉਮਰ ਵਿੱਚ ਤੁਸੀਂ ਲੱਗਦਾ ਇਸ ਕਲੱਬ ਨਾਲ ਜੁੜ ਗਏ ਸੀ ਕਿਉਂਕਿ ਹੁਣ ਵੀ ਤੁਸੀਂ ਬੜੇ ਛੋਟੇ ਲੱਗਦੇ ਹੋ। ਨਹੀਂ ਜੀ, ਮੇਰੀ ਉਮਰ ਇਸ ਸਾਲ 34 ਸਾਲ ਹੈਗੀ ਹੈ, ਮੈਂ ਤਾਂ ਵੈਸੇ ਇੱਥੇ 10-11-12 ਸਾਲ ਦੀ ਉਮਰ ਦੇ ਵਿੱਚ ਇੱਥੇ ਜੁੜ ਗਿਆ ਸੀ, ਸਟਾਰਟਿੰਗ ਮੇਰੀ ਇੱਥੇ ਪਰਦਾ ਖਿੱਚਣ ਤੋਂ ਹੀ ਹੈ, ਫਿਰ ਹਨੂੰਮਾਨ ਜੀ ਦੇ ਛੋਟੇ ਸਰੂਪ ਤੋਂ, ਫਿਰ ਇੱਦਾਂ ਇੱਦਾਂ ਹੋ ਰਹੀ ਸੀਤਾ ਮਾਤਾ ਜੀ ਦਾ ਕਰੈਕਟਰ ਕੀਤਾ, ਫਿਰ ਉਸ ਤੋਂ ਬਾਅਦ ਲਕਸ਼ਮਣ ਜੀ ਦਾ ਮੈਨੂੰ ਮਿਲਿਆ। ਕੀ ਸੁਨੇਹਾ ਦੇਣਾ ਚਾਹੋਗੇ ਸਮਾਜ ਨੂੰ ਕਿਉਂਕਿ ਭਰਾਤ ਵਿੱਚ ਜਿਹੜਾ ਇੱਕ ਪਾਕ ਖਤਮ ਹੋ ਗਿਆ, ਉਹਦੇ ਬਾਰੇ ਕੀ ਕਹਿਣਾ? ਮੈਂ ਜੀ ਇਹੋ ਹੀ ਇਹਨਾਂ ਨੂੰ ਸਮਾਜ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਸ਼੍ਰੀ ਰਾਮ ਜੀ ਦੇ ਨਾਲ ਜਿੱਦਾਂ ਲਕਸ਼ਮਣ ਜੀ ਦਾ, ਭਰਤ ਜੀ ਦਾ, ਸ਼ਤਰੂਗਨ ਜੀ ਦਾ, ਸਾਰਿਆਂ ਦਾ ਪਰਿਵਾਰ ਦੇ ਵਿੱਚ ਕਿੱਦਾਂ ਪਿਆਰ ਸੀ, ਉਦਾਂ ਹੀ ਸਾਨੂੰ ਸਾਰਿਆਂ ਨੂੰ ਇੱਦਾਂ ਹੀ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ, ਇਹੋ ਹੀ ਰਮਾਇਣ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ। ਬਿਲਕੁਲ ਜੀ, ਪਿਆਰ ਨਾਲ ਰਹਿਣਾ ਚਾਹੀਦਾ ਹੈ, ਇਹ ਜਿਹੜੀ ਕਿ ਰਮਾਇਣ ਜਿਹੜੀ ਕਿ ਉਹ ਸਿੱਖਿਆ ਦਿੰਦੀ ਹੈ। ਅਤੇ ਮੇਰੇ ਨਾਲ ਇਸ ਰਾਮਲੀਲਾ ਦੇ ਡਾਇਰੈਕਟਰ ਨੇ ਭਾਅ ਜੀ, ਨਾਮ ਕੀ ਤੁਹਾਡਾ? ਮੇਰਾ ਨਾਮ ਸ਼ਰਵਣ ਕੁਮਾਰ ਹੈ ਜੀ। ਸ਼ਰਵਣ ਜੀ, ਕੀ ਕਹਿਣਾ, ਕਿੰਨੀ ਕੁ ਔਖੀ ਚੀਜ਼ ਹੁੰਦੀ ਹੈ ਡਾਇਰੈਕਟ ਕਰਨਾ ਇੱਕ ਰਾਮਲੀਲਾ, ਸਿੱਧਾ ਲਾਈਵ ਜਿਹੜਾ ਕਿ ਮੰਚਨ ਹੁੰਦਾ ਇਸ ਚੀਜ਼ ਦਾ? ਦੇਖੋ ਜੀ, ਔਖਾ ਤਾਂ ਬਹੁਤ ਹੁੰਦਾ ਵਾ, ਕਹਿੰਦੇ ਨੇ
ਭਾਂਤ ਭਾਂਤ ਦੀਆਂ ਲੱਕੜੀਆਂ ਇੱਕ ਜਗ੍ਹਾ 'ਤੇ ਇਕੱਠੀਆਂ ਕਰਕੇ ਇੱਕ ਮੁੱਠ ਬਣਾਉਣਾ ਪੈਂਦਾ ਵਾ। ਇਸ ਕਰਕੇ ਬਹੁਤ ਟਫ ਕੰਮ ਹੈ ਸਟੇਜ ਦੇ ਪਿੱਛੇ, ਸਟੇਜ ਦੇ ਫਰੰਟ 'ਤੇ ਉਹ ਜਿਹੜੀ ਪਿੱਛੇ ਪ੍ਰੈਕਟਿਸ ਕਰਾਉਣੀ ਉਹ ਫਰੰਟ 'ਤੇ ਦਿਖਾਉਣਾ, ਕੱਲਾ ਮੋਤੀ ਤੁਸੀਂ ਮਾਲਾ ਵਿੱਚ ਮਾਲਾ 'ਚ ਭਰਾਉਣਾ ਹੁੰਦਾ ਵਾ, ਇੱਕ ਮੁੱਠ ਬਣਾਉਣੀ ਹੈ, ਇੱਕ ਮਾਲਾ ਬਣਾਉਣੀ ਹੈ, ਬਹੁਤ ਔਖਾ ਕੰਮ ਹੈ। ਕਿਸ ਤਰ੍ਹਾਂ ਦਾ ਫਿਰ ਰਿਜ਼ਲਟ ਕਿਸ ਤਰ੍ਹਾਂ ਦਾ ਮਿਲ ਰਿਹਾ, ਕਿੰਨੇ ਸਾਲ ਤੋਂ ਲੱਗੇ ਹੋਏ ਤੁਸੀਂ? ਮੈਨੂੰ ਸਰ 1996 ਤੋਂ ਮੈਂ ਲੱਗਾ ਵਾ ਇਸ ਦੇ 'ਚ, ਇਸੇ ਕਲੱਬ ਨੂੰ ਸ਼ੁਰੂਆਤ ਹੀ ਇੱਥੋਂ ਕੀਤੀ ਸੀ। ਮੈਂ ਵੀ ਜਿਸ ਤਰ੍ਹਾਂ ਤੁਹਾਨੂੰ ਹੁਣੇ ਲਕਸ਼ਮਣ ਜੀ ਨੇ ਦੱਸਿਆ ਕਿ ਮੈਂ ਵੀ ਇੱਥੇ ਸਟਾਰਟਿੰਗ ਦੇ ਇੱਕ ਸਕਿੱਟ ਤੋਂ ਸ਼ੁਰੂ ਕੀਤੀ ਸੀ। ਤੁਸੀਂ ਵੀ ਕੋਈ ਰੋਲ ਕੀਤਾ ਇੱਥੇ? ਹਾਂ, ਇੱਥੇ ਸਕਿੱਟ ਦਾ ਰੋਲ ਕੀਤਾ, ਪਹਿਲਾਂ ਸਕਿੱਟ ਕੀਤੀ, ਉਸ ਤੋਂ ਬਾਅਦ ਗੁਰੂ ਵਸ਼ਿਸ਼ਠ ਦਾ, ਨਾਰਦ ਜੀ ਦਾ, ਸੁਮੰਤ ਦਾ, ਕਾਫੀ ਰੋਲ ਕਿਰਦਾਰ ਕਰਦੇ ਕਰਦੇ ਅੱਜ ਐਟ ਪ੍ਰੈਜੈਂਟ ਮੈਂ ਦਸ਼ਰਥ ਜੀ ਦਾ ਰੋਲ ਕੀਤਾ ਵਾ, ਪਿਛਲੇ 15 ਸਾਲਾਂ ਤੋਂ ਦਸ਼ਰਥ ਜੀ ਦਾ ਕਰ ਰਿਹਾ ਵਾਂ। ਕਿੰਨਾ ਕੁ ਸਕੂਨ ਮਿਲਦਾ ਮਨ ਨੂੰ, ਕਿਉਂਕਿ ਜੇ ਅੱਜ ਕੱਲ੍ਹ ਗੱਲ ਕਰੀਏ ਤਾਂ ਇੰਨਾ ਸਮਝ ਨਹੀਂ ਹੈਗਾ ਲੋਕਾਂ 'ਚ, ਪਰ ਇੱਥੇ ਦੇਖਦੇ ਪਏ ਸਾਂ ਵੀ ਬਹੁਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਕਿ ਇੱਥੇ 12-1 ਵਜੇ ਰਾਤ ਦਾ ਪਰ ਫਿਰ ਵੀ ਜੁਟੇ ਹੋਏ ਸੀਗੇ। ਸਰ ਇਹਦੇ ਵਾਸਤੇ ਮੈਂ ਜਿਹੜੀ ਪ੍ਰੇਸ ਕਰਦਾ ਆਪਣੇ ਕਲਾਕਾਰਾਂ ਦੀ ਪ੍ਰੇਸ ਕਰਦਾ, ਆਪਣੇ ਮੁੰਡਿਆਂ ਦੀ ਪ੍ਰੇਸ ਕਰਦਾ, ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਔਰ ਇਸੇ ਮਿਹਨਤ ਦੇ ਸਦਕਾ ਅੱਜ ਪਬਲਿਕ ਬੈਠੀ ਹੈ ਕਿ ਇਹਨਾਂ ਨੇ ਜੋ ਚੀਜ਼ ਦਿਖਾਉਣੀ ਹੈ ਬਹੁਤ ਟੌਪ ਕਲਾਸ ਚੀਜ਼ ਦਿਖਾਉਣੀ ਹੈ ਔਰ ਬਹੁਤ ਮਿਹਨਤ ਨਾਲ ਇਹ ਬੱਚੇ ਤਿਆਰ ਕਰਦੇ ਆ, ਉਹਦੇ ਸਦਕਾ ਅੱਜ ਸਾਰੀ ਪਬਲਿਕ ਬੈਠੀ ਆ। ਇਹਦਾ ਕ੍ਰੈਡਿਟ ਮੈਂ ਆਪਣੇ ਮੁੰਡਿਆਂ ਨੂੰ ਦੇਣਾ ਚਾਹਾਂਗਾ। ਸੁਨੇਹਾ ਇੱਕ ਹੀ ਹੈ ਕਿ ਦੇਖੋ ਅੱਜ ਦਾ ਟਾਈਮ ਜਿਹੜਾ ਚੱਲ ਰਿਹਾ ਨਾ ਸਮਾਜ ਦੇ ਵਿੱਚ, ਕਿਸੇ ਨੂੰ ਇਹ ਨਹੀਂ ਪਤਾ ਕਿ ਰਾਮ ਜੀ ਦੇ ਪਿਤਾ ਦਾ ਨਾਮ ਕੀ ਸੀ, ਸੀਤਾ ਦਾ ਪਿਤਾ ਦਾ ਨਾਮ ਕੀ ਸੀ। ਹਾਂ, ਐਕਟਰ ਦਾ ਤੁਸੀਂ ਕਿਸੇ ਮਾਡਲ ਦਾ ਕਿਸੇ ਦਾ ਵੀ ਪੁੱਛ ਸਕਦੇ ਜੇ, ਬਟ ਇਹਨਾਂ ਦਾ ਧਾਰਮਿਕ ਕੰਮਾਂ ਦੇ ਵਿੱਚ ਕਿਸੇ ਦਾ ਨਾਮ ਨਹੀਂ ਪਤਾ ਉਹਨਾਂ ਨੂੰ। ਇਸ ਕਰਕੇ ਇਹ ਚੀਜ਼ ਨੂੰ ਅਸੀਂ ਲਾਈਵ ਦਿਖਾ ਕੇ ਉਹਨਾਂ ਨੂੰ ਇਹ ਰਿਲਾਈਜ਼ ਕਰਾਉਣਾ ਕਿ ਵੀ ਜੋ ਤੁਸੀਂ ਕਿਤਾਬਾਂ 'ਚ ਨਹੀਂ ਪੜ੍ਹਨਾ, ਕਿਉਂਕਿ ਅੱਜ ਦਾ ਟਾਈਮ ਯੁੱਗ ਜੋ ਹੈ ਉਹ ਲਾਈਵ ਹੈ, ਵਿਜ਼ਨ ਹੈ, ਜੋ ਤੁਸੀਂ ਦੇਖੋਗੇ ਉਹ ਤੁਹਾਡੇ ਦਿਮਾਗ 'ਚ 110% ਇੰਸਰਟ ਕਰੇਗਾ। ਇਸ ਕਰਕੇ ਇਹ ਦਿਖਾ ਕੇ ਸਾਨੂੰ ਇਹੋ ਖੁਸ਼ੀ ਮਿਲਦੀ ਹੈ ਕਿ ਕੁਛ ਨਾ ਕੁਛ ਬੱਚੇ 100 ਚੋਂ 90% ਵੀ ਕਿ 50% ਵੀ ਸਿੱਖੇ ਜਾਣਗੇ, ਸਾਡੀ ਅਗਲੀ ਜਨਰੇਸ਼ਨ ਨੂੰ ਸਨਾਤਨ ਦਾ ਪਤਾ ਲੱਗੇ। ਇੱਕ ਸਵਾਲ ਲਾਸਟ ਮੇਰਾ ਵੀ, ਸਾਲ ਦਰ ਸਾਲ ਇਹ ਉੱਚਾਈਆਂ ਬੁਲੰਦੀਆਂ ਛੂ ਰਹੀ ਹੈ ਤੁਹਾਡੀ ਰਾਮਲੀਲਾ, ਕੀ ਖਾਸ ਕੀ ਵਿੱਚ ਖਾਸ? ਸਰ ਤੁਹਾਨੂੰ ਮੈਂ ਦੱਸਿਆ ਕਿ ਵੀ ਸਾਡੇ ਜਿਤਨਾ ਸਤੀਸ਼ ਬੱਲੂ ਜੀ ਹੈ ਸਾਡੇ ਪ੍ਰਧਾਨ, ਸਾਡੇ ਜਤਿੰਦਰ ਜੀ, ਨਿਤਿਨ ਜੀ, ਇਹ ਟੀਮ ਸਾਡੀ ਇੱਕ ਇਹੋ ਜਿਹੀ ਟੀਮ ਆ ਜਿਹੜੀ 1 ਦਿਨ ਦਾ ਕੰਮ ਨਹੀਂ ਹੈ, 2 ਦਿਨ ਦਾ ਕੰਮ ਨਹੀਂ ਹੈ, 6 ਮਹੀਨੇ ਦਾ ਕੰਮ ਨਹੀਂ ਹੈ, ਪੂਰੇ ਸਾਲ ਦੇ ਵਰਕਿੰਗ ਹੈ। ਇਸ ਕਰਕੇ ਸਾਲ ਦੇ ਵਿੱਚ ਅਸੀਂ ਹਰ ਡੇ ਹਰ ਪੁਆਇੰਟ 'ਤੇ ਕਿਤੇ ਵੀ ਆਉਣਾ ਜਾਣਾ, ਆਪਣੇ ਦਿਮਾਗ 'ਚ ਆਹ ਚੀਜ਼ ਅੱਛੀ ਹੈ ਇਹਨੂੰ ਇੰਪਲੀਮੈਂਟ ਕਰਨਾ ਚਾਹੀਦਾ, ਇਹ ਚੀਜ਼ ਅੱਛੀ ਹੈ, ਬਹੁਤ ਨਵੇਂ ਥੋਟਸ ਲਿਆਉਣੇ ਆ, ਨਵੇਂ ਥੋਟਸ ਲਿਆ ਕੇ ਹਰ ਸਾਲ ਦੀ ਤਿਆਰੀ ਕਰਕੇ ਫਿਰ 10 ਦਿਨ ਉਹ ਅਸੀਂ ਪ੍ਰੈਜੈਂਟ ਕਰਨਾ ਵਾ ਸਾਡੇ ਵਾਸਤੇ ਦੇ, ਮਤਲਬ ਪੂਰਾ ਕੱਢ ਦੇਣਾ। ਹਾਂ, ਉਹਦਾ ਨਿਚੋੜ ਅਸੀਂ ਸਾਰੇ ਸਾਲ ਦਾ ਉਸ 10 ਦਿਨਾਂ 'ਚ ਕੱਢਣਾ ਹੁੰਦਾ ਵਾ, ਬਾਕੀ ਜਿਹੜੀ ਸਾਡੀ ਰਿਹਰਸਲ ਹੁੰਦੀ ਆ ਉਹ 2 ਮਹੀਨੇ ਪਹਿਲਾਂ ਹੁੰਦੀ ਆ, ਯਾਨੀ ਉਹ ਸਾਰਾ ਕੁਛ ਕਰਕੇ ਅਸੀਂ ਇਹ ਹਫ਼ਤੇ ਦੇ ਵਿੱਚ 10 ਦਿਨ ਦੇ ਵਿੱਚ ਅਸੀਂ ਸਾਰਾ ਨਿਚੋੜ ਦਿਖਾਉਣਾ ਹੁੰਦਾ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਭਾਜੀ, ਥੈਂਕ ਯੂ ਜੀ, ਬਹੁਤ ਵੱਡਾ ਕੰਮ ਕਰਦੇ ਤੁਸੀਂ ਭਾਜੀ। ਸ਼ੁਕਰੀਆ ਜੀ, ਮਿਹਰਬਾਨੀ। ਬਿਲਕੁਲ ਜੀ, ਬਿਲਕੁਲ। ਪੱਲਾ ਕਲੋਨੀ ਡੋਮੈਟਿਕ ਜਿਹੜੀ ਕਿ ਕਲੱਬ ਹੈ, ਰਾਮਲੀਲਾ ਕਲੱਬ ਹੈ, ਪਿਛਲੇ 48 ਸਾਲ ਤੋਂ ਲਗਾਤਾਰ ਮੰਚਨ ਕਰ ਰਿਹਾ ਰਾਮਲੀਲਾ ਦਾ ਔਰ 27 ਸਾਲ ਹੋ ਗਏ ਨੇ ਪ੍ਰਧਾਨ ਸਤੀਸ਼ ਬੱਲੂ ਦੀ ਨਿਗਰਾਨੀ ਹੇਠ ਇਸ ਦਾ ਸਫਲ ਮੰਚਨ ਕੀਤਾ ਜਾ ਰਿਹਾ। ਲਗਾਤਾਰ ਕਾਮਯਾਬੀ ਦੀਆਂ ਬੁਲੰਦੀਆਂ ਛੂ ਰਿਹਾ ਹੈ ਰਾਮਲੀਲਾ ਕਲੱਬ ਪੱਲਾ ਕਲੋਨੀ ਦਾ, ਕਿਉਂਕਿ ਇੱਥੇ ਜਿਹੜੇ ਕਿ ਕਰੈਕਟਰ ਨੇ ਉਹ ਬਹੁਤ ਵਧੀਆ ਅਤੇ ਜੀਵੰਤ ਪਰਫੋਰਮੈਂਸ ਦਿੰਦੇ ਨੇ, ਜਿਸ ਤੋਂ ਬਾਅਦ ਤਾਲੀਆਂ ਦੀ ਗੜਗੜਾਹਟ ਨਾਲ ਜਿਹੜਾ ਕਿ ਇੱਥੇ ਉਹ ਗੂੰਜ ਸੁਣਾਈ ਦਿੰਦੀ ਹੈ। ਔਰ ਸੁਨੇਹਾ ਇੱਕੋ ਹੀ ਹੈ ਸਮਾਜਿਕ ਸਰੋਕਾਰਾਂ ਨੂੰ ਜਿਹੜਾ ਕਿ ਸਾਡੀ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨਾਲ ਜੋੜੀ ਰੱਖਣ ਦਾ। ਕੈਮਰਾ ਪਰਸਨ ਮੁਕੇਸ਼ ਬਵਾਨਾ, ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। देश दुनिया की हर खबर सबसे पहले देखने के लिए फॉलो करें दैनिक सवेरा टीवी, यूट्यूब, फेसबुक, इंस्टाग्राम, एक्स और व्हाट्सएप चैनल पर।